ਅਸਲਾਮ ਅਲੈਕਮ ਪਿਜਨ ਕਾਰਨਰ ਚੈਨਲ 'ਚ ਖੁਸ਼ ਆਮਦੀਦ। ਕੀ ਹਾਲ ਚਾਲ ਸਾਰਿਆਂ ਦਾ? ਠੀਕ ਠਾਕ ਹੋ ਭਾਈ ਜਾਨ? ਅੱਜ ਮੈਂ ਤੁਹਾਨੂੰ ਨਾ ਇੱਕ ਤਰੀਕਾ ਦੱਸਣ ਲੱਗਾ ਕਬੂਤਰਾਂ ਦੇ ਸਰਦੀਆਂ 'ਚ ਬੱਚੇ ਪਾਲਣ ਦਾ। ਏਡਾ ਕੁ ਆਸਾਨ, ਇੰਤਹਾਈ ਮੁਫੀਦ, ਫਿਰ ਉਹਦੇ ਵਿੱਚ ਬਿਮਾਰ ਕਬੂਤਰਾਂ ਲਈ ਵੀ ਬੜੀ ਅੱਛੀ ਖੁਰਾਕ ਆ। ਤੁਹਾਡੇ ਕਬੂਤਰ ਸੋਕੜੇ 'ਚ ਆ ਤਾਂ ਵੀ ਬੜੀ ਅੱਛੀ ਖੁਰਾਕ ਆ। ਮੈਂ ਤੁਹਾਨੂੰ ਤਰੀਕਾ ਦੱਸਦਾ, ਨਾਲ ਬੱਚਿਆਂ ਨੂੰ ਦੇ ਦਿਓ ਉਹਨਾਂ ਦਾ, ਅਤੇ ਨਾਲ ਆਪਣੇ ਉਹਨਾਂ ਨੂੰ ਦੇ ਜਾਓ। ਐਕ ਲੈ ਲਓ ਛੋਟਾ ਜਿਹਾ ਡੱਬਾ, ਠੀਕ ਆ ਜੀ, ਅਤੇ ਉੱਥੇ ਲੈ ਮਿਲਿਓ ਨਾ, ਅਤੇ ਉਹਦੇ ਵਿੱਚ ਭਾਈ ਜੀ ਪਾ ਲਓ ਤੁਸੀਂ, ਇਹ ਦੇਖੋ 4 ਕੱਪ ਪਾਣੀ ਦੇ, 1 ਕੱਪ 4 ਨਾ, ਜਿੰਨੇ ਕੁ ਬੱਚਿਆਂ ਨੂੰ ਦੇਣਾ ਉਹਨਾਂ ਦੀ ਪਾਣੀ ਪਾ ਲਓ। ਅਤੇ ਇਹ ਲਓ 2 ਕੱਪ, 2 ਕੱਪ ਵੀ ਮੇਰੇ ਲਈ ਤਾਂ ਜ਼ਿਆਦਾ ਵਾ, ਜ਼ਿਆਦਾ ਬਣ ਜਾਣਾ ਇਹਦੇ ਨਾਲ। ਕਿਉਂਕਿ ਜਿੰਨੇ ਕੁ ਬੱਚੇ ਆ ਜਾਂ ਜਿੰਨਾ ਕੁ ਤੁਸੀਂ ਬਣਾਉਣਾ ਚਾਹੁੰਦੇ ਆ, ਸਿਰਫ ਉਹਨਾਂ ਕੀ ਪਾਓਗੇ ਵਿੱਚ, ਠੀਕ ਹੈ ਜੀ। ਇਹ ਮੇਰੇ ਲਈ ਬਹੁਤ ਜ਼ਿਆਦਾ ਹੋ ਗਿਆ, ਲੇਕਿਨ ਫਿਰ ਵੀ ਮੈਂ ਚਲੋ ਅੱਜ ਤੁਹਾਡੇ ਸਾਹਮਣੇ ਬਣ ਲੈਂਦਾ। ਇਹ ਦੇਖੋ ਇਹ ਆਟਾ ਵਾ, ਇਹ ਜਿਹੜਾ ਨਾ ਆਟਾ ਬਣਾਇਆ ਮੈਂ, ਇਹਦੇ ਵਿੱਚ ਕੀ ਪਿਆ ਵਾ ਜੀ? ਇਹਦੇ ਵਿੱਚ ਪਿਆ ਵਾ ਭਾਈ ਜਾਨ 1 ਚਮਚ ਪਾ ਲਈ 2 ਕੱਪ ਦੇ ਵਿੱਚ, ਇਹਦੇ ਵਿੱਚ ਪਿਆ ਵਾ ਮਕਈ, ਗੰਦਮ ਅਤੇ ਚਣੇ। ਉਹਨਾਂ ਨੂੰ ਧੋ ਕੇ, ਬੋਇਲ ਕਰਕੇ, ਸੁਕਾ ਕੇ, ਤਾਂ ਬਾਅਦ 'ਚ ਉਹਨਾਂ ਦਾ ਆਟਾ ਬਣਾਇਆ ਗਿਆ ਵਾ। ਇਹ 2 ਕੱਪ ਦੇ ਵਿੱਚ ਜਨਾਬ 1 ਚਮਚ, ਅਤੇ ਇਹ ਪਾ ਲਿਆ 2 ਚਮਚ, ਠੀਕ ਹੈ ਜੀ। ਇਹ 2 ਚਮਚ ਪਾ ਲਿਆ, ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ, ਬਲਕਿ ਥੋੜ੍ਹਾ ਜਿਹਾ ਸੇਕ ਲਵਾ ਕੇ ਨਾ ਫਿਰ ਮਿਕਸ ਕਰਿਓ। 2 ਚਮਚ ਆਲੋ, ਥੋੜ੍ਹਾ ਜਿਹਾ ਹੋਰ ਪਾ ਲਓ ਆਲੋ। ਆ ਜਾਓ ਹੁਣ ਇੱਥੇ ਅੱਗ 'ਤੇ ਇਹਨੂੰ ਰੱਖਦੇ ਹਾਂ, ਇਹਨੂੰ ਭਾਜੀ ਰੱਖਣਾ ਅੱਗ 'ਤੇ, ਇਹਨੂੰ ਹਿਲਾਈ ਜਾਣਾ ਤਾਂ ਕਿ ਉਹ ਗਠਲੀਆਂ ਜਿਹੀਆਂ ਨਾ ਬੰਨਣ, ਬੱਜਣ ਗਠਲੀਆਂ ਨਾ ਬੰਨਣ। ਲੈਟ ਆ ਰਹੀ, ਰੋਸ਼ਨੀ ਸਹੀ ਆ? ਇਹਨੂੰ ਭਾਜੀ ਇੱਦਾਂ ਹਲਕੀ ਆਵਾਜ਼ ਦੇਣਾ, ਰੱਖ ਲੈਣਾ ਵਾ, ਇਹ ਐਲੋ ਰੱਖ ਰਿਹਾ, ਇਹਨੂੰ ਅੱਛੀ ਤਰ੍ਹਾਂ ਹਿਲਾਉਣਾ ਵਾ, ਅਤੇ ਜਿੱਦਾਂ ਸੇਕ ਲੱਗੀ ਜਾਏਗਾ ਨਾ ਇਹਨੂੰ ਹਿਲਾਈ ਜਾਣਾ। ਇਨਸ਼ਾਅੱਲਾ 1 ਮਿੰਟ ਦਾ ਕੰਮ ਆ, ਟਾਈਮ ਨਹੀਂ ਭੋਰਾ ਵੀ ਲੱਗਦਾ, ਸਿਰਫ 2 ਮਿੰਟ ਲੱਗਣੇ ਆ, ਇਹਦਾ ਬਣ ਜਾਣਾ ਵਾ ਤੁਹਾਡੀ ਖੁਰਾਕ ਬਣ ਜਾਣੀ ਕਬੂਤਰਾਂ ਦੀ ਨਾ। ਭਾਈਜਾਨ ਜਿਹਨਾਂ ਦੇ ਗਰਮੀਆਂ ਸਰਦੀਆਂ ਬੱਚੇ ਨਹੀਂ ਪਲਦੇ, ਇਹ ਕਣਕ, ਮਕਈ ਅਤੇ ਚਣੇ ਉਹਨਾਂ ਨੂੰ ਪਹਿਲੇ ਧੋਤਾ, ਫਿਰ ਬੋਇਲ ਕਰ ਲਿਆ, ਬੋਇਲ ਕਰਕੇ ਇਹਨਾਂ ਨੂੰ ਸੁਕਾ ਲਿਆ, ਸੁਕਾ ਕੇ ਚੰਗੀ ਤਰ੍ਹਾਂ ਖੁਸ਼ਕ ਕਰਕੇ, ਇਹ ਮੇਰੇ ਕੋਲ ਗਰਮੀਆਂ ਦਾ ਬਣਿਆ ਪਿਆ ਵਾ, ਚੰਗੀ ਤਰ੍ਹਾਂ ਖੁਸ਼ਕ ਕਰਕੇ ਨਾ ਫਿਰ ਇਹਨੂੰ ਰੱਖ ਲੈਣਾ ਕੋਲ। ਇਹ ਤੁਹਾਡੇ ਕੋਲ 3-4 ਕਿਲੋ ਬਣਿਆ ਹੋਵੇ ਨਾ ਤਾਂ ਪੂਰਾ ਸਾਲ ਨਹੀਂ ਮੁੱਕਦਾ ਮੇਰਾ ਭਾਈ। ਇਹ ਦੇਖੋ ਅੱਗ ਬਲਣ ਦੀ ਆ, ਇਹਨੂੰ ਆਸਤਾ ਆਸਤਾ ਨਾ ਇਹ ਸੇਕ ਲੱਗਣਾ ਵਾ, ਇਹਨੂੰ ਇੱਦਾਂ ਹਿਲਾਈ ਜਾਣਾ ਮਾੜਾ ਜਿਹਾ ਜਦੋਂ, ਕਿਉਂਕਿ ਪਾਣੀ ਮੈਂ ਜ਼ਿਆਦਾ ਪਾ ਲਿਆ, ਗਰਮ ਪਾਣੀ, ਗਰਮ ਹੋਣ ਦੀ ਦੇਰ ਆ, ਪਾਣੀ ਗਰਮ ਹੋਣਾ ਵਾ, ਇਹਨੇ ਉਹਦੇ ਵਿੱਚ ਮਿਕਸ ਹੋ ਜਾਣਾ। ਇਹ ਦੇਖੋ ਪਾਣੀ ਬਿਲਕੁਲ ਪਤਲਾ ਵਾ, ਇਹ ਦੇਖੋ ਇਹ, ਇਹ ਦੇਖੋ ਇਹ ਪਤਲਾ ਨਾ, ਆਹ ਹੁਣੀ ਦੇਖਿਓ ਕੀ ਬਣਦਾ ਇਹਦਾ। ਭਾਈ ਜਾਨ ਤੁਸੀਂ ਇਹ ਬੱਚਿਆਂ ਨੂੰ ਇੱਕ ਇੱਕ ਡਰਾਪਰ ਵੱਡਾ ਦਿਓ, 20-20 CC ਦਾ, ਸੁਬਾਹ ਨੂੰ ਕੰਮ 'ਤੇ ਜਾਣ ਲੱਗੇ ਦੇ ਜਿਓ, ਸ਼ਾਮ ਨੂੰ ਕੰਮ ਤੋਂ ਆ ਕੇ ਫਿਰ ਦੇ ਦਿਓ। ਯਕੀਨ ਕਰੋ ਕਬੂਤਰ ਚੋਗਾ ਦੇਣ ਨਾ ਦੇਣ, ਕਬੂਤਰ ਬਿਮਾਰ ਹੋ ਜਾਂਦੇ ਕਈ ਵਾਰੀ, ਬੱਚੇ ਪਲਦੇ ਨਹੀਂ, ਐਡੇ ਐਡੇ ਨਜਾਬ ਲੋਕਾਂ ਦੀ ਨਸਲ ਹੁੰਦੀ ਆ, ਅਤੇ ਫਿਰ ਤੁਹਾਨੂੰ ਕਬੂਤਰਾਂ ਹੈ ਨਾ, ਸਰਦੀ ਹੋਵੇ, ਫੁੱਲ ਗਰਮੀ ਹੋਵੇ, ਤੁਹਾਡੇ ਬੱਚੇ ਇੰਨੇ ਕੁ ਪਲਣਗੇ ਨਾ ਇਨਸ਼ਾਅੱਲਾ, ਤੁਸੀਂ ਯਾਦ ਕਰੋਗੇ, ਕੋਈ ਬੱਚਾ ਵੀ ਹੈ ਨਾ ਗਰੋਥ ਦੇ ਵਿੱਚ ਘੱਟ ਨਹੀਂ ਹੋਏਗਾ। ਜਿਹੜੇ ਕਹਿੰਦੇ ਜੀ ਮੇਰੇ ਬੱਚੇ ਨਹੀਂ ਪਲੇ ਜੀ, ਮੇਰਾ ਬੱਚਾ ਛੋਟਾ ਰਹਿ ਗਿਆ ਵਾ, ਇੱਕ ਬੱਚਾ ਛੋਟਾ ਇੱਕ ਵੱਡਾ, ਉਹ ਕੋਈ ਨਹੀਂ, ਜਿਹੜਾ ਛੋਟਾ ਨੂੰ ਜ਼ਿਆਦਾ ਖੁਰਾਕ ਦੇ ਦਿਓ, ਜਿਹੜਾ ਵੱਡਾ ਨੂੰ। ਮੈਂ ਤਾਂ ਭਰਾ ਜੀ ਸਰਦੀਆਂ 'ਚ ਤਕਰੀਬਨ 1 ਮਹੀਨਾ ਕੁ ਹੋ ਗਿਆ ਤਵੱਜਾ ਨਹੀਂ ਦੇ ਹੋਈ, ਜਿੰਨਾ ਮਰਜ਼ੀ ਕੋਰਾ ਪਵੇ, ਕਬੂਤਰ ਪਾਣੀ ਦੇਣ ਨਾ ਦੇਣ, ਕਬੂਤਰ ਚੋਗਾ ਦੇਣ ਨਾ ਦੇਣ, ਲੇਕਿਨ ਇਨਸ਼ਾਅੱਲਾ ਤੁਹਾਡੇ ਬੱਚੇ ਸਾਰੇ ਹੀ ਵੱਟ ਕੱਢਣਗੇ, ਅਤੇ ਇਨਸ਼ਾਅੱਲਾ ਬੱਚਿਆਂ ਦੀ ਪਲਾਈ ਬੜੀ ਸੋਹਣੀ ਹੋ ਜਾਏਗੀ। ਅਤੇ ਜਿਹੜੇ ਬੱਚੇ ਤੁਹਾਡੇ ਮਿਸਾਲ ਦੇ ਤੌਰ 'ਤੇ ਮਸਲ ਕਿ 1 ਮਹੀਨੇ ਬਾਅਦ ਬਾਹਰ ਨਿਕਲਦੇ ਆ ਨਾ, 40 ਦਿਨਾਂ ਬਾਅਦ, ਉਹ ਤੁਹਾਡੇ ਇਨਸ਼ਾਅੱਲਾ 28 ਦਿਨਾਂ ਬਾਅਦ ਬਾਹਰ ਨਿਕਲੇ ਹੋਣਗੇ। ਮੈਂ ਤੁਹਾਡੇ ਸਾਹਮਣੇ ਬਣਾ ਰਿਹਾ, ਮੈਂ ਬਣਾ ਕੇ ਜਾ ਕੇ ਬੱਚਿਆਂ ਨੂੰ ਦਿਓ, ਮੇਰੇ ਨਾਲ ਰਿਹਾ, ਵੀਡੀਓ ਮੇਰੀ ਲਾਈਕ ਕਰਿਓ, ਸ਼ੇਅਰ ਕਰਿਓ। ਇਨਸ਼ਾਅੱਲਾ ਇਨਫੋਰਮੇਸ਼ਨ ਤੁਹਾਨੂੰ ਕਿਸੇ ਨੇ ਵੀ ਨਹੀਂ ਦਿੱਤੀ ਹੋਣੀ ਹੁਣ ਤੱਕ, ਇਹ ਲੋਕ ਸਾਰੇ ਇੱਦਾਂ ਹੀ ਕਰਦੇ। ਮੇਰਾ ਭਰਾ, ਮੈਂ ਕੱਲ੍ਹ ਵੀਡੀਓ ਬਣਾਈ ਸੀਗੀ, ਅਤੇ ਨਾਲੇ ਉਹਦੇ ਲਈ ਵੀ ਇੱਕ ਛੋਟੀ ਜਿਹੀ ਮਾਜ਼ਰਤ ਆ ਵੀਰੇ, ਅਗਰ ਕਿਸੇ ਦਾ ਦਿਲ ਦੁਖਿਆ ਹੋਵੇ ਮੈਂ ਮਾਫ਼ੀ ਚਾਹੁੰਦਾ। ਮੈਨੂੰ ਲੋਕ ਕਹਿੰਦੇ ਤੂੰ ਵੀ ਸਿਆਸੀ ਹੋ ਗਿਆ ਮੀਡੀਆ ਦੇ ਵਿੱਚ, ਯਾਰ ਮੈਨੂੰ ਬੜਾ ਦੁੱਖ ਹੁੰਦਾ ਯਾਰ ਜਦੋਂ ਇੱਕ ਦੂਸਰੇ ਦੀ ਚੀਜ਼ ਨੂੰ ਹੋਣਾ ਕੋਈ ਨਕਾਰਾ ਕਹਿੰਦਾ ਵਾ। ਮੈਂ ਕਹਿੰਦਾ ਯਾਰ ਸਾਰੀਆਂ ਚੀਜ਼ਾਂ ਚੰਗੀਆਂ ਵਾ, ਕਿਸੇ ਕੋਲ ਮਾੜੀ ਸ਼ੈ ਨਹੀਂ ਹੈਗੀ, ਸਾਰੇ ਆਪਣੀ ਆਪਣੀ ਦੁਕਾਨਦਾਰੀ ਰੱਖੋ, ਰਿਜ਼ਕ ਅੱਲਾਹ ਤਾਲਾ ਨੇ ਦੇਣਾ ਵਾ, ਤਾਂ ਕਿਸੇ ਦੇ ਨਾ ਐਲੀਗੇਸ਼ਨਾਂ ਪੁੱਠੀਆਂ ਸਿੱਧੀਆਂ ਗੱਲ ਨਾ ਕਰਿਆ ਕਰੋ। ਸਾਣੇ ਸਿਆਣੇ ਨੇ, ਵੱਡੇ ਵੱਡੇ ਉਸਤਾਦ ਨੇ, ਸਾਨੂੰ ਤਾਂ ਕਬੂਤਰ ਦਾ ਹਜੇ ਵੀ ਨਹੀਂ ਪਤਾ ਵੀ ਕਬੂਤਰ 'ਚ ਪਰ ਕਿੰਨੇ ਹੁੰਦੇ ਆ ਅਤੇ ਕੀ ਹੁੰਦਾ, ਕਬੂਤਰ ਦਾ ਜੋੜ ਕਿੱਦਾਂ ਹੁੰਦਾ, ਇਹਦੇ ਤੁੱਕੇ ਲਾਉਣ ਵਾਲੇ ਬੰਦੇ ਆ ਭਰਾ ਜੀ, ਅਤੇ ਮਿਹਰਬਾਨੀ ਆ ਯਾਰ, ਕਿਸੇ ਗੱਲ ਦਾ ਗੁੱਸਾ ਨਾ ਕਰੇ ਕੋਈ ਵੀ ਭਾਈ। ਇਹ ਇਨਸ਼ਾਅੱਲਾ ਕਿਉਂਕਿ ਪਾਣੀ ਜ਼ਿਆਦਾ ਸੀਗਾ, ਨਹੀਂ ਤਾਂ ਅੱਗੇ ਮੈਂ ਥੋੜ੍ਹਾ ਬਣਾਉਂਦਾ ਹੀ ਤਾਂ ਹੋ ਜਾਂਦਾ ਸੀਗਾ। ਇਹ 'ਚ ਪਾ ਕੇ ਨਾ, ਇਹ ਦੇਖੋ ਮਾਸ਼ਾਅੱਲਾ, ਇਹਦੀ ਹੁਣੀ ਇਹ ਜੁੜ ਜਾਣਾ ਵਾ ਆਟੇ ਵਾਂਗੂ, ਗੁੰਨਿਆ ਜਾਣਾ ਇਹ, ਅਤੇ ਬਸ ਇਹਨੂੰ ਇੰਨਾ ਕੁ ਪਤਲਾ ਕਰਨਾ ਵਾ ਕਿ ਜਿੰਨਾ ਕੁ ਤੁਹਾਡਾ ਨਾ ਡਰਾਪਰ ਦੇ ਵਿੱਚ ਆਸਾਨੀ ਨਾਲ ਪੈ ਜਾਵੇ, ਠੀਕ ਆ ਭਾਈ ਜਾਨ? ਅਤੇ ਭਾਈ ਜਾਨ ਇਨਸ਼ਾਅੱਲਾ ਤੁਹਾਡਾ ਜਿਹੜਾ ਕਬੂਤਰ ਨੂੰ ਸੋਕੜਾ ਵੀ ਹੋ ਜਾਏ ਨਾ,
ਉਹਨੂੰ ਤੁਸੀਂ ਮਿਸਾਲ ਦੇ ਤੌਰ ਤੇ ਖੁਰਾਕ ਦੇਣੀ ਆ। ਕਬੂਤਰ ਸੋਕੜਾ ਜਦੋਂ ਹੁੰਦਾ ਉਹ ਮਰਦਾ ਹੀ ਤਾਂ ਕਿ ਸੋਕੜਾ ਉਹਨੂੰ ਖੁਰਾਕ ਨਹੀਂ ਦੇ ਹੁੰਦੀ, ਤੁਸੀਂ ਉਹਨੂੰ ਚਣੇ ਚੁਣੇ ਕੁਛ ਨਾ ਖਵਾਇਆ ਕਰੋ, ਤੁਸੀਂ ਸਿਰਫ ਇਹ ਜਿਹੜੀ ਖੁਰਾਕ ਨਾਲ ਨਾ ਉਹਦਾ ਪੇਟ ਭਰ ਦਿਆ ਕਰੋ, ਫੁੱਲ ਨਹੀਂ ਭਰਨਾ, ਥੋੜ੍ਹਾ ਜਿਹਾ ਅੱਧਾ ਕੁ ਰੱਖਿਆ ਕਰੋ ਖੁਰਾਕ ਨਾਲ, ਠੀਕ ਆ। ਬਾਕੀ ਤੁਸੀਂ ਕਬੂਤਰ ਤੁਹਾਡਾ ਜਿਹੜਾ ਖਾਣਾ ਨਾ ਖਾ ਸਕੇ ਭੂਰੇ ਭੂਰੇ ਪਾਉਣ ਦੀ ਬਜਾਏ ਤੁਸੀਂ ਇਹ ਚੀਜ਼ ਬਣਾ ਕੇ ਨਾ ਉਹਨੂੰ ਪਾ ਦਿੱਤੀ ਅਤੇ ਅੱਲਾ ਦੀ ਬੜੀ ਰਹਿਮਤ ਹੋ ਜਾ ਕਰੇਗੀ ਜੀ। ਠੀਕ ਆ, ਤੁਸੀਂ ਇਹ ਨਾ ਮੇਰੇ ਕਹਿਣ ਦੇ ਇੱਕ ਵਾਰੀ ਇਹ ਬਣਾ ਕੇ ਦੇਖੋ, ਇਨਸ਼ਾਅੱਲਾ ਯਾਦ ਕਰੋ ਕਿ ਤੁਸੀਂ ਕਹੋਗੇ ਕਿਸੇ ਭਰਾ ਨੇ ਐਸਾ ਮਸ਼ਵਰਾ ਦਿੱਤਾ ਸੀ ਕਿ ਮੇਰੇ ਬੱਚਿਆਂ ਦੀ ਜਿਹਨਾਂ ਕੋਲ ਟਾਈਮ ਹੈਗਾ ਉਹਨਾਂ ਕੋਲ, ਜਿਹਨਾਂ ਕੋਲ ਨਹੀਂ ਵੀ ਟਾਈਮ ਹੈਗਾ ਉਹਨਾਂ ਕੋਲ, ਜਿਹੜੇ ਸੁਬਹ ਨੂੰ ਜਾਣ ਲੱਗੇ ਦਾਣਾ ਪਾ ਜਾਂਦੇ ਆ, ਸ਼ਾਮ ਨੂੰ ਕੰਮ ਤੋਂ ਆ ਕੇ ਦਾਣਾ ਪਾਉਂਦੇ ਆ, ਉਹਨਾਂ ਨੇ ਵੀ ਬਹੁਤ ਹੀ ਅੱਛਾ ਤਾਂ ਮੁਫੀਦ ਨੁਸਖਾ, ਇਹ ਏਡਾ ਕੁ ਮੁਫੀਦ ਨੁਸਖਾ ਤੁਸੀਂ ਯਾਦ ਕਰੋ। ਦੇਖੋ ਹੁਣ ਆਸਤਾ ਆਸਤਾ ਇਹ ਦੇਖੋ ਇਹ ਗਾੜਾ ਹੋਈ ਜਾ ਰਿਹਾ, ਇਹ ਦੇਖੋ ਪਹਿਲੇ ਪਤਲਾ ਸੀਗਾ ਹੁਣ ਗਾੜਾ ਹੋਈ ਜਾ ਰਿਹਾ, ਇਹ ਬਸ ਇੱਕ ਸੇਕ ਲੱਗਣ ਦੀ ਦੇਰ ਆ, ਇੱਕ ਮਿੰਟ ਤੋਂ ਬਾਅਦ ਇਹ ਗਾੜਾ ਹੋ ਜਾਂਦਾ ਅੱਲਾ ਦੀ ਰਹਿਮਤ ਦੇ ਨਾਲ, ਲੇਕਿਨ ਬਸ ਜ਼ਿਆਦਾ ਪਾਣੀ ਪਾਉਣ ਦੀ ਵਜ੍ਹਾ ਨਾਲ ਜ਼ਰਾ ਟਾਈਮ ਲੱਗ ਰਿਹਾ ਵਾ। ਬ੍ਰੇਕ ਲਾ ਲਓ ਜੀ ਭਾਈ ਜਾਨ, ਇਹ ਦੇਖ ਲਓ ਸਿਰਫ 2 ਮਿੰਟ ਦੇ ਵਿੱਚ ਇਹ ਬਣ ਜਾਂਦਾ। ਦੇਖੋ ਪਹਿਲੇ ਪਾਣੀ ਸੀਗਾ, ਇਹ ਜ਼ਰਾ ਬਾਹਰ ਰੋਸ਼ਨੀ 'ਤੇ ਆ ਜਾਓ, ਮੈਂ ਤੁਹਾਨੂੰ ਦਿਖਾਉਂਦਾ ਵਾਂ ਕਿ ਇਹ ਦੇਖੋ ਇਹ ਦੇਖੋ ਗਾੜਾ ਬਣ ਗਿਆ ਨਾ, ਇਹ ਦੇਖੋ ਚਮਚੀ ਦੇ ਉੱਤੇ ਖਲੋਣ ਲੱਗ ਪਿਆ, ਅੱਗੇ ਪਾਣੀ ਸੀਗਾ ਹੁਣ ਖਲੋਣ ਲੱਗ ਪਿਆ ਭਾਈ ਜਾਨ, ਇਹ ਬਣ ਗਿਆ ਗਾੜਾ, ਠੀਕ ਆ। ਆ ਜਿਹੜਾ ਆਟਾ ਪੇ ਨਹੀਂ ਨਾ ਹੋਇਆ, ਇਹ ਜੋ ਇਹ ਬ੍ਰੇਕ ਲਾ ਉੱਤੇ ਜਾ ਕੇ ਹੁਣ ਮੈਂ ਬੱਚਿਆਂ ਨੂੰ ਦਿੰਦਾ ਵਾਂ, ਇਹਨੂੰ ਠੰਡਾ ਕਰ ਲੈਣਾ ਵਾ, ਫਿਰ ਮੈਂ ਤੁਹਾਨੂੰ ਦਿਖਾ ਕੇ ਦਿਖਾਉਂਦਾ ਕਿ ਬੱਚਿਆਂ ਨੂੰ ਕਿੱਦਾਂ ਦੇਈਦਾ ਹੁੰਦਾ, ਠੀਕ ਆ। ਤੁਸੀਂ 2 ਇਨਸ਼ਾਅੱਲਾ ਤੁਹਾਡੇ ਬੱਚਿਆਂ ਦੀ ਬਰੀਡਿੰਗ ਇੰਨੀ ਕੁ ਹੋਏਗੀ ਕਿ ਤੁਹਾਡੀ ਸੋਚ ਆ, ਕੋਈ ਕਬੂਤਰ ਚੋਗਾ ਨਹੀਂ ਵੀ ਦਿੰਦਾ ਕੋਈ ਬੱਚਿਆਂ ਨੂੰ, ਉਹ ਤੁਸੀਂ ਆਪ 2 ਦਿਨ 'ਚ 2 ਵਾਰੀ 2 ਦਿਨ 'ਚ 1 ਵਾਰੀ 2, ਤੁਹਾਡੀ ਟੈਨਸ਼ਨ ਮੁੱਕ ਜਾਣੀ, ਬੱਚੇ ਐਂ ਪੜਨਗੇ ਜਿੱਦਾਂ ਮਸ਼ੀਨਾਂ ਲੱਗੀਆਂ ਵਾ। ਚੱਲ ਲਓ ਜੀ ਭਾਈ ਜਾਨ, ਇਹ ਦੇਖੋ ਇਹ ਬਣ ਗਿਆ ਇਹਦਾ, ਠੀਕ ਆ। ਇਹ ਦੇਖੋ ਮੈਂ ਠੰਡਾ ਕਰ ਲਿਆ ਵਾ, ਇਹ ਦੇਖੋ ਆ ਜਿਹੜੇ 2 3 ਚਮਚੀਆਂ ਪਾਈਆਂ, 2 ਕੱਪ ਪਾਣੀ ਦੀ ਪਾਇਆ, ਕਿੰਨੀ ਵੱਡੀ ਬਣ ਗਈ ਆ ਦੇਖੋ ਖੁਰਾਕ, ਠੀਕ ਆ। ਇਹ ਮੈਂ ਟੀਕਾ ਰੱਖਿਆ ਵਾ ਇਹ ਖੁਰਾਕ ਦੇਣ ਲਈ ਇਹਨੂੰ, ਬਾਬਾ ਜੀ ਇਹ ਦੇਖੋ ਇਹ ਭਰਿਆ, ਠੀਕ ਆ ਮੇਰੇ ਭਰਾ। ਇੱਥੋਂ ਕੱਢਣਾ ਆਪਾਂ ਬੱਚਾ, ਇੱਕੋ ਹੀ ਆ ਕਿਉਂਕਿ ਇਹਦੇ ਥੱਲੇ ਇੱਕੋ ਹੀ ਅੰਡਾ ਸੀਗਾ, ਇਹ ਬੱਚਾ ਇੱਥੇ ਰੱਖਿਆ। ਅਤੇ ਲਓ ਜੀ ਭਾਈ ਜਾਨ, ਇਹ ਨਿੱਘੀ ਨਿੱਘੀ ਜਿਹੜੀ ਹੈ ਨਾ ਇਹਦੇ ਜਾਵੇ ਅੰਦਰ। ਆ ਲਓ ਜੀ, ਇਹ ਤਕਰੀਬਨ ਅੱਧੀ ਕੁ ਸਰਿੰਜ ਦੇ ਦਿਓ, ਅਗਰ ਤੁਸੀਂ ਸ਼ਾਮ ਨੂੰ ਵੀ ਦੇਣੀ ਆ ਫਿਰ ਪੂਰੀ ਦੇ ਦਿਓ, ਅਗਰ ਸ਼ਾਮ ਨੂੰ ਨਹੀਂ ਦੇਣੀ ਤਾਂ ਫਿਰ ਅੱਧੀ ਕੁ ਦੇ ਦਿਓ। ਬਹਰਹਾਲ ਮੇਰੀ ਕੋਸ਼ਿਸ਼ ਇਹੀ ਆ 2 ਟਾਈਮ ਦੇ ਦਿਓ, ਕੁਛ ਚੋਗਾ ਇਹਨਾਂ ਨੂੰ ਇਹਦੇ ਬੱਚਿਆਂ ਨੇ ਦੇ ਦੇਣਾ ਵਾ, ਮਾਂ ਪਿਓ ਨੇ ਦੇ ਦੇਣਾ ਵਾ, ਕੁਛ ਆਪਾਂ ਦੇਈ ਜਾਣਾ ਵਾ। ਇੱਥੋਂ ਭਰੋ ਫਿਰ ਖੁਰਾਕ, ਜੋ ਮੈਂ ਅੰਦਰ ਜਾਓ ਫਿਰ ਬੰਦ ਕਰ ਲਉਂਗੀ। ਆ ਲਓ, ਠੀਕ ਆ, ਆ ਜਾਓ ਮੇਰੇ ਨਾਲ ਅੰਦਰ, ਮੈਂ ਬੱਚਿਆਂ ਨੂੰ ਦਿਨਾਂ ਨਾਲ ਦੇਖ ਲਿਓ। ਬ੍ਰੇਕ ਲਾਈ ਲਓ ਜੀ ਭਾਈ ਜੀ, ਇਹ ਦੇਖੋ ਇਹ ਬੱਚੇ ਇਹਨਾਂ ਦਾ ਮਾਂ ਪਿਓ ਇਹਨਾਂ ਨੂੰ ਦਵੇ ਨਾ ਦਵੇ ਟੈਨਸ਼ਨ ਮੁੱਕ ਜਾਂਦੀ ਬਾਬਾ ਜੀ। ਇਹ ਦੇਖੋ ਲਓ ਜੀ, ਇਹਦੀ ਮਾਸ਼ਾਅੱਲਾ ਪੋਟ ਭਰ ਗਈ, ਇਹ ਅੱਲ ਇਹਨੂੰ ਥੋੜ੍ਹਾ ਗਿਆ ਵਾ, ਇਹਨੂੰ ਹੋਰ ਆਪਾਂ ਭਰ ਕੇ ਦੇ ਦਿੰਦੇ ਹਾਂ। ਹੁਣ ਕਬੂਤਰ ਚੋਗਾ ਦੇਣ ਨਾ ਦੇਣ ਆਪਣੀ ਟੈਨਸ਼ਨ ਦੂਰ ਹੋਏ ਨਹੀਂ ਤੁਹਾਡੀ, ਕੰਮ 'ਤੇ ਜਾਣ ਦੀ ਜੇ ਕੰਮ 'ਤੇ ਜਾਣਾ ਸੀ ਜੀ, ਕਬੂਤਰਾਂ ਨੇ ਪਤਾ ਨਹੀਂ ਇਹ ਜਿਹੜੇ ਕੀਮਤੀ ਲੋਕਾਂ ਦੇ ਹੁੰਦੇ ਆ ਜੋੜੇ, ਠੀਕ ਆ ਭਾਈ, ਕੀਮਤੀ ਜੋੜੇ ਹੁੰਦੇ ਆ ਅਤੇ ਕੀਮਤੀ ਸਮਝੋ ਕਬੂਤਰ ਵੀ ਹੁੰਦੇ ਆ, ਜਿਹੜੇ ਬਰੀਡਿੰਗ ਨਹੀਂ ਕਰ ਸਕਦੇ ਜਿਹੜੇ ਨਹੀਂ ਪਾਉਂਦੇ ਉਹਨਾਂ ਲਈ ਭਰਾਵਾ ਆ ਦੇ। ਲਓ ਜੀ ਇਹ ਵੀ ਦੇ ਦਿੱਤੀ, ਇੱਦਾਂ ਬੱਚਿਆਂ ਨੂੰ ਦੇਈ ਜਾਓ ਤਾਂ ਬਾਹਰ ਛੱਡੀ ਜਾਓ। ਲੈ ਇਹ ਦੇਖੋ ਮਾਸ਼ਾਅੱਲਾ ਬੱਚਾ, ਜਿਹੜੇ ਜਿਹੜੇ ਨੂੰ ਮਰਜ਼ੀ ਪਵਾਏ ਵੱਡੇ, ਇਹ ਬੱਚਿਆਂ ਨੂੰ ਮੈਨੂੰ ਹਜੇ ਥੋੜ੍ਹੇ ਦਿਨ ਹੋਏ ਦਿੰਦੇ ਹਨ, ਤੁਸੀਂ ਯਕੀਨ ਕਰੋ ਬੱਚੇ ਮਾਸ਼ਾਅੱਲਾ ਨਾ ਆਪਣਾ ਵਜੂਦ ਆ ਪੂਰਾ ਕਰ ਗਏ ਮਾਸ਼ਾਅੱਲਾ। ਬ੍ਰੇਕ ਲਾ ਲਿਆ ਸਰ, ਇਹ ਤੀਸਰੇ ਬੱਚੇ ਤੋਂ ਭਾਈ ਜਾਨ, ਇਹ ਸਾਰੇ ਬੱਚਿਆਂ ਨੂੰ ਮਿੰਟ ਲਾ ਦੇ ਸਿਰਫ 10, ਇਨਸ਼ਾਅੱਲਾ। ਇਹ ਦੇਖੋ ਮਾਸ਼ਾਅੱਲਾ ਪੋਟ, ਇਹ ਦੇਖੋ ਪੋਟ ਭਰ ਗਈ ਇਹਦੀ, ਠੀਕ ਆ। ਅੰਦਾਜ਼ੇ ਨਾਲ ਉੱਨੀ ਕੁ ਦਿਓ ਜਿੰਨੇ ਕੁ ਨਾਲ ਪੋਟ ਭਰ ਜਾਵੇ, ਠੀਕ ਹੈ ਜੀ। ਇਹ ਦੇਖੋ ਇਹ ਬੱਚਾ ਛੋਟਾ ਰਹਿ ਗਿਆ, ਇਹਨੂੰ ਆਪਾਂ ਦੇਣੇ ਵੀ, ਇਹ ਵੱਡਾ ਵਾ ਉਹ ਛੋਟਾ ਰਹਿ ਗਿਆ ਸੀਗਾ, ਇਹਨਾਂ ਨੂੰ ਆਪਾਂ ਦੇਣੇ ਵੀ ਥੋੜ੍ਹੀ ਹੈ। ਲੈ ਇਹਨੂੰ ਥੋੜ੍ਹੀ ਦਿੱਤੀ ਤਾਂ ਕਿ ਦੂਸਰਾ ਬੱਚਾ ਤੇਰਾ ਜ਼ਿਆਦਾ ਐਕਟਿਵ ਹੋ ਜਾਵੇ, ਸਹੀ ਆ ਜੀ ਥੋੜ੍ਹੀ। ਆ ਲਓ ਜੀ ਇਹਨਾਂ ਨੂੰ ਅੱਧੀ ਅੱਧੀ ਆਪਾਂ ਦੇ ਦੇਣੀ ਹੈ, ਓਕੇ ਆਪਣੀ ਬਣਾ ਲਓ ਇੱਕ ਵਾਰੀ ਭਰ ਗਏ। 2 ਚਮਚੀਆਂ ਪੈਂਦੀਆਂ ਵੀਰ ਮੇਰੇ, ਉਹ ਟੈਨਸ਼ਨ ਮੁੱਕ ਜਾਂਦੀ ਉਸਤਾਦ ਜੀ, ਬੱਚਿਆਂ ਦੇ ਪੋਟ ਦੇਖੋ ਮਾਸ਼ਾਅੱਲਾ ਭਰ ਗਏ, ਟੈਨਸ਼ਨ ਮੁੱਕ ਗਈ। ਆ ਸ਼ਾਮ ਤੱਕ ਵੀ ਕੁਛ ਦੇਣਾ ਬੱਚਿਆਂ ਨੂੰ,
ਇਸ ਤਰ੍ਹਾਂ ਭਾਜੀ ਪੂਰੀ ਪੂਰੀ ਪਲਾਈ ਹੁੰਦੀ ਬੱਚਿਆਂ ਦੀ, ਦੇਖੋ ਜੋੜੀ ਜੋੜੀ ਆ, ਇਨਸ਼ਾਅੱਲਾ ਇਹ ਆ ਜਿੰਨੀ ਮਰਜ਼ੀ ਸਰਦੀ ਹੋਵੇ ਇੱਕ ਬੱਚਾ ਨਹੀਂ ਪਲੇਗਾ, ਜੋੜੀ ਜੋੜੀ ਪਲੇਗਾ। ਲਓ ਜੀ ਭਾਈ ਜਾਨ ਇਹ ਦੇਖ ਲਓ, ਠੀਕ ਆ ਜੀ ਮੇਰਾ ਭਾਈ, ਇਹ ਤਰੀਕੇ ਆ ਮੇਰਾ ਭਾਈ, ਬੱਚਿਆਂ ਨੂੰ ਚੋਗਾ ਦਿਓ। ਇਹ ਬੱਚੇ ਮਾਸ਼ਾਅੱਲਾ ਦੇਖੋ ਕਿਹੜੇ ਕਿਹੜੇ ਵਜੂਦ ਦੇ, ਪੂਰੇ ਜਿਸਮ ਦੇ ਬੱਚੇ ਆ, ਅਤੇ ਇਹ ਖੁਰਾਕ ਪੁਲੇਗੀ ਤੁਹਾਡੇ ਬੱਚੇ ਮਾਸ਼ਾਅੱਲਾ ਬਰੀਡਿੰਗ ਪੂਰੀ ਹੋਏਗੀ। ਬੜੀ ਮਿਹਰਬਾਨੀ ਤੁਹਾਡੀ, ਮੇਰਾ ਚੈਨਲ ਸਬਸਕ੍ਰਾਈਬ ਕਰਿਓ, ਸ਼ੇਅਰ ਕਰਿਓ, ਲਾਈਕ ਕਰਿਓ। ਅੱਲਾ ਹਾਫਿਜ਼, ਜਜ਼ਾਕ ਅੱਲਾ।